ਕਿਰਨ ਜੀ ਅੱਜ ਇੱਕ ਰੈਲੀ ਕੱਢੀ ਜਾ ਰਹੀ ਹੈ ਪਰਾਲੀ ਨੂੰ ਲੈ ਕੇ ਕੀ ਕਹੋਗੇ ਤੁਸੀਂ ਇਹਦੇ ਬਾਰੇ ਐਕਚੁਅਲੀ ਪਰਾਲੀ ਮਤਲਬ ਸਾੜ ਰਹੇ ਨੇ ਪਰ ਇਹਨਾਂ ਸਿਹਤ ਖਰਾਬ ਹੋ ਰਹੀ ਹੈ ਸਾਰਿਆਂ ਦੀ ਪਬਲਿਕ ਲਈ ਇਹ ਨਹੀਂ ਸਾੜਨੀ ਚਾਹੀਦੀ ਜਿਹੜੀ ਕਿ ਮਤਲਬ ਸਿਹਤ ਨੂੰ ਪੂਰੀ ਤਰ੍ਹਾਂ ਹਾਨੀ ਕਰ ਇਹ ਇੱਦਾਂ ਨਹੀਂ ਕਿ ਇੱਕ ਬੰਦੇ ਨੂੰ ਖਰਾਬ ਕਰ ਰਹੀ ਹੈ ਪੂਰੇ ਸਮਾਜ ਨੂੰ ਖਰਾਬ ਕਰ ਰਹੀ ਹੈ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਕੀ ਮੈਸੇਜ ਦਿਓਗੇ ਤੁਸੀਂ ਇਹ ਇੱਦਾਂ ਹੀ ਹੈ ਕਿ ਜੇ ਨਾ ਸਾੜਨ ਇਹਦਾ ਪਰਾਲੀ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਇਹਨੂੰ ਮਤਲਬ ਕਿਸੇ ਤਰ੍ਹਾਂ ਐਡਜਸਟ ਕੀਤਾ ਜਾ ਸਕਦਾ ਜਿਵੇਂ ਬਿਜਲੀ ਬਣਦੀ ਹੈ ਪਰਾਲੀ ਨਾਲ ਤੇ ਉਹਦੇ ਨਾਲ ਆਪਾਂ ਬਚਾ ਸਕਦੇ ਹਾਂ ਵਾਤਾਵਰਨ ਜਿੰਨਾ ਹੋ ਸਕੇ ਬਚਾਇਆ ਜਾਵੇ ਕਿਉਂਕਿ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਬਿਮਾਰੀਆਂ ਵੱਧ ਜਾਣੀਆਂ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਇਹ ਮੈਗਾ ਰੈਲੀ ਜਿਹੜੀ ਇਹ ਪ੍ਰਦੂਸ਼ਣ ਨੂੰ ਚੈੱਕ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਪਰਾਲੀ ਨੂੰ ਸਾੜੋ ਨਾ ਅਤੇ ਪਟਾਕੇ ਜਿਹੜੇ ਨਾ ਚਲਾਓ ਇਹ ਪਟਾਕੇ ਔਰ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਔਰ ਮਨੁੱਖਤਾ ਦਾ ਬੜਾ ਨੁਕਸਾਨ ਹੋ ਰਿਹਾ ਸੋ ਇਸ ਚੀਜ਼ ਨੂੰ ਇੱਕ ਚੈੱਕ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਦੇ ਜ਼ਮੀਰ ਨੂੰ ਜੋੜਨ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਅਤੇ ਕੋਈ ਪਟਾਕਿਆਂ ਦਾ ਟਾਈਮਿੰਗ ਕੀ ਰੱਖਿਆ ਗਿਆ ਸਰਕਾਰ ਵੱਲੋਂ ਪਟਾਕਿਆਂ ਦਾ ਟਾਈਮਿੰਗ ਜੀ ਸ਼ਾਮ 8 ਤੋਂ 10 ਵਜੇ ਤੱਕ